बंदगी करदे आ, परमात्मा दी भगती करदे आ, सिमरन करदे आ, उहदा जाप जपदे आ, मन विच एक गल विशेष तौर ते ध्यान रखण योग है कि जे भगती भी करीए ना इह काहदी भगती है। जिद भौ खसम ना जाए, जिद भौ खसम ना जाए, जिदे करके तों जिहदी भगती करदा है परमात्मा दी, उहदे उहदी भौ भावनी, उहदे उपर श्रद्धा विश्वास, उहदा प्रेम भौ ना जाए, तेरे हिरदे विच जाए जगह ही नहीं उहदी भै भावनी दी, उहदे सतकार दी, उहदे अदब दी, प्यार दी, जिद भौ खसम ना जाए। उस मालक दा तेरे अंदर भौ भावनी नहीं, भौ प्यार नहीं, प्यार दी जगह ही नहीं, ते फिर कहिंदे तेरी ये भगती काहदी है। नानक सेवक काढ़ी है। महाराज सच्चे पातशाह जी फिर कृपा करो, मेहर करके दसो महाराज सच्चे पातशाह जी उस परमात्मा की भगती किवें करिए, भगती करन वास्ते की करना चाहिए, किहो जिहा उद्यम करना चाहिए, किहो जिहे गुण धारण करने चाहिए ने। महाराज सच्चे पातशाह जी कहिंदे नानक सेवक काढ़ी है। कहिंदे भाई असल विच भौ भगती वाला सेवक उहनूं कहा जा सकदा है, ਉਹ ਅਸਲ ਵਿੱਚ ਭਉ ਭਗਤੀ ਦਾ ਹੱਕਦਾਰ ਹੈ। ਜੇ ਸੇਤੀ ਖਸਮ ਸਮਾਏ, ਕਹਿੰਦੇ ਭਾਈ ਜਿਹੜਾ ਭਗਤੀ ਕਰਦਿਆਂ ਕਰਦਿਆਂ ਜਿਸ ਦੀ ਭਗਤੀ ਕਰ ਰਿਹਾ ਪਰਮਾਤਮਾ ਦੀ, ਉਹਦੇ ਵਿੱਚ ਹੀ ਲੀਨ ਹੋ ਜਾਵੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਹਿੰਦੇ ਭਾਈ ਉਹਦੇ ਵਿੱਚ ਹੀ ਸਮਾ ਜਾਵੇ, ਉਹਦੇ ਵਿੱਚ ਹੀ ਅਭੇਦ ਹੋ ਜਾਵੇ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਹ ਅਵਸਥਾ ਬਣ ਜਾਵੇ ਕਬੀਰ, ਮੇਰਾ ਮੁਝ ਮੈਂ ਕਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਹੈ ਮੇਰਾ। ਮਨ ਵਿੱਚ ਇਹ ਭਾਵਣੀ ਉਹ ਬਣ ਜਾਵੇ ਕਿ ਨਹੀਂ ਮੇਰਾ ਕੁਝ ਵੀ ਨਹੀਂ, ਜੇ ਭਗਤੀ ਵੀ ਕਰਾ ਰਿਹਾ ਤਾਂ ਤੂੰ ਹੀ ਕਰਾ ਰਿਹਾ, ਜੇ ਮਹਾਰਾਜ ਸਿਮਰਨ ਕਰਵਾਇਆ ਤਾਂ ਇਹ ਆਪ ਜੀ ਦੀ ਕਿਰਪਾ ਹੈ। ਅਤੇ ਸਿਮਰਨ ਕਰਦਿਆਂ ਕਰਦਿਆਂ ਜੇ ਪ੍ਰਭੂ ਦੀ ਕਿਰਪਾ ਹੋ ਗਈ, ਕੋਈ ਸ਼ਕਤੀ ਪ੍ਰਾਪਤ ਹੋ ਗਈ, ਤਾਂ ਇਹ ਵੀ ਮਹਾਰਾਜ ਤੇਰੀ ਆ, ਉਹਦੇ ਵਿੱਚ ਹੀ ਸਮਾ ਜਾਵੇ। ਸੋ ਇੱਕ ਵਾਰੀ ਭਗਤ ਕਬੀਰ ਜੀ ਕਾਸ਼ੀ ਦੇ ਵਿੱਚ ਭਗਤੀ ਕਰ ਰਹੇ ਨੇ, ਉੱਥੇ ਵੀ ਇੱਕ ਪਖੰਡੀ ਆ ਗਏ ਆ। ਸੋ ਉਹਨੇ ਆਪਣਾ ਬੜਾ ਜਲਵਾ ਦਿਖਾਇਆ, ਸੋ ਪਵਨ ਆਸਣ ਲਾ ਕੇ ਕਹਿੰਦਾ ਮੈਂ ਬੈਠ ਸਕਦਾ ਹਾਂ। ਭਗਤ ਕਬੀਰ ਜੀ ਨੂੰ ਪੁੱਛਿਆ, ਭਗਤ ਜੀ ਤੁਹਾਡੀ ਬੜੀ ਮੰਨਤਾ ਹੈ, ਤੁਸੀਂ ਪਰਮਾਤਮਾ ਦੇ ਅਨੰਤ ਭਗਤ ਮੰਨੇ ਗਏ ਹੋ, ਕਿ ਜੇ ਇਹ ਲੋਕ ਅਡੰਬਰ ਕਰਦੇ ਨੇ, ਪਖੰਡ ਕਰਦੇ ਨੇ, ਇਹਨਾਂ ਪ੍ਰਥਾਏ ਆਪ ਜੀ ਦਾ ਕੀ ਕਹਿਣਾ ਹੈ? ਭਗਤ ਜੀ ਕਹਿੰਦੇ ਚਲੋ ਭਾਈ ਦਿਖਾਓ ਕਿੱਥੇ ਆ ਉਹ ਲੋਕ ਜਿਹੜੇ ਇਹੋ ਜਿਹਾ ਲੋਕਾਂ ਨੂੰ ਭਰਮ ਵਿੱਚ ਪਾਉਂਦੇ ਨੇ, ਭੁਲੇਖਿਆਂ ਵਿੱਚ ਪਾਉਂਦੇ ਨੇ, ਆਓ ਭਾਈ ਭਗਤ ਜੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਉੱਥੇ ਚਲੇ ਗਏ। ਜਦੋਂ ਭਗਤ ਕਬੀਰ ਜੀ ਸਾਹਮਣੇ ਗਏ, ਉਹਦਾ ਆਸਣ ਡਿੱਗ ਪਿਆ, ਆਸਣ ਡਿੱਗਾ, ਉਹ ਹੱਥ ਜੋੜ ਕੇ ਖੜਾ ਹੋਇਆ, ਭਗਤ ਜੀ ਮੈਂ ਆਪ ਜੀ ਦਾ ਨਾਮ ਤਾਂ ਸੁਣਿਆ ਸੀ, ਪਰ ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ ਆਪ ਜੀ ਦੇ, ਕਿਰਪਾ ਕਰੋ ਉਪਦੇਸ਼ ਦੇਹੋ। ਅਤੇ ਭਗਤ ਜੀ ਨੇ, ਕਿਉਂਕਿ ਇਹ ਬੜੇ ਬੇਬਾਕੀ ਦੇ ਨਾਲ ਭਗਤ ਕਬੀਰ ਜੀ ਨੇ ਜਿੰਨੇ ਵੀ ਬਚਨ ਉਚਾਰੇ ਨੇ, ਬਾਣੀ ਉਚਾਰੀ ਹੈ, ਕੋਈ ਪਰਵਾਹ ਨਹੀਂ ਕੀਤੀ ਕਿਸੇ ਦੀ, ਕਿਸੇ ਤੋਂ ਡਰੇ ਨਹੀਂ, ਕਿਉਂਕਿ ਅਸਲੀਅਤ ਵਿੱਚ ਪਰਮਾਤਮਾ ਦੇ ਭਗਤ ਹੈ ਹੀ ਉਹ। ਤਾਂ ਕੋ ਕਹੋ ਪਰਵਾਹ ਕਾਹੂ ਕਿ ਜੇ ਗੋਪਾਲ ਸੁਹਾਏ, ਉਹਨਾਂ ਨੂੰ ਕਿਹਦੀ ਕਿਰਪਾ ਭਾਈ? ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਹ ਜਨ ਕੋ ਕੋ ਕਾਕੀ ਕਮੀਆਂ। ਕਾਹਦੀ ਕਮੀ ਆ ਭਾਈ ਉਹਨਾਂ ਨੂੰ, ਉਹਨਾਂ ਨੂੰ ਡਰ ਵੀ ਕਾਹਦਾ? ਸੋ ਕਹਿਣ ਲੱਗੇ ਆਸਣ ਪਵਨ ਦੂਰ ਕਰ ਬਵਰੇ। ਕਹਿੰਦੇ ਪਾਉਣ ਦੇ ਵਿੱਚ ਆਸਣ ਲਾਉਣੇ ਛੱਡ ਦੇ, ਆਸਣ ਪਵਨ ਦੂਰ ਕਰ ਬਵਰੇ। ਭਗਤ ਕਬੀਰ ਜੀ ਦੀ ਬਾਣੀ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਸੋ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਾਣੀ ਵਿੱਚ ਅੱਗੇ ਉਹਨਾਂ ਫਰਮਾਇਆ ਆਸਣ ਪਵਨ ਦੂਰ ਕਰ ਬਵਰੇ। ਸੋ ਇਸ ਕਰਕੇ ਅੱਗੇ ਕਹਿੰਦੇ ਤੂੰ ਸਾਰੇ ਤਰ੍ਹਾਂ ਦਾ ਪਖੰਡ ਛੱਡ ਕੇ, ਛੋੜ ਪਖੰਡ ਹਰ ਭਜ ਪਵਰੇ,
नित भज पवरे कि नेता परती परमात्मा दे नाम दा भजन करिया कर पर पौन दे विच आसन लाउण नूं छड्ड दे त्याग दे इस गल नूं। सो इस करके सतगुरु पातशाह जी फरमाउंदे हन कि भाई असल विच सेवको है जिहड़ा भौ भगती करदा करदा मालक दे विच ही समा जावे उहदे विच ही अभेद हो जावे। सो उहनूं किसे प्रकार दा फिर कोई डर कोई फिकर किसे प्रकार दी चिंता मुगलों ही नहीं रह जाती। तो धन गुरु अंगद साहब सच्चे पातशाह जी कृपा करके फरमा रहे हैं कि असल विच भौ भगती करन वाला गुरु का सेवक वो है भाई जिहड़ा अपना अहंकार त्याग के अपनी हौमै छड के नेता प्रति ये वर्तारा सारा उस करतार दा मन के अकाल पुरख दा मन के उहदे विच अभेद होण दी कोशिश करे अपना आप छड देवे अपना आप त्याग देवे ते प्रभु विच समा जावे। पौड़ी नानक अंत न जापनी। सतगुरु पातशाह जी हुण पौड़ी इत्थे 23वीं पौड़ी दी समाप्ति करन वास्ते महाराज सच्चे पातशाह जी सो ये पौड़ी उचारी सतगुरु जी ने रहमत की कृपा की है। कहिंदे भाई भावें कोई पौण दी आसन ला लवे पहलां भी आपां इतिहास विच इस चीज़ नूं जाणदे हाँ कि सिद्ध बड़े शक्तिमान होए ने तो उच्चे तो उच्चे सिद्धां ने उडारियां मारियां आकाश विच पर जदों भी वेख्या कि धन गुरु नानक साहब सच्चे पातशाह जी दी शक्ति दे सामने असीं कुछ भी नहीं फिर अखीर नूं कहना पिया धन नानक तेरी वड्डी कमाई कहना पिया है। सो इस वास्ते सतगुरु पातशाह जी फरमाउंदे ने कि उस अकाल पुरख दे पसारे दा अंत नहीं पाया जा सकदा अंत ना सिफती कह ना अंत अंत ना करना सुन ना अंत अंत ना जापे क्या मर मंत। ये महाराज सच्चे पातशाह जी कहिंदे कोई आम मनुख की गल नहीं अंत ना पावत देव सभा इंद्र महाशिव योग करे हुण वेद ब्रांच विचार रहे हो हर जाप ना छाड़े एक करी वह भी नहीं अंत पा सकते। सो महाराज सच्चे पातशाह जी सोइयां दे विच भी चौथे पातशाह जी की सिफत करद्या होया सो भट्टा ने भी लिखे कि अंत उस परमात्मा का उस परमात्मा के पसारे का अंत नहीं पाया जा सकता आदि अनंत आदि अनाद आदि जिस कोई ना जाना जिदा कोई आदि ही नहीं जानता मुढ़ ही नहीं जानता अंत की जान सकता नहीं जान सकता कोई। सो सतगुरु पातशाह जी फरमाते ने कि उस दे पसारे दा कोई अंत नहीं पा सकता हर ताके पारावार। कहिंदे ऐसा उसका पारावार पारा उरला पासा वार परला पासा भाव लोक ते परलोक पुरवार ते पार कहिंदे इस पसारे दा कोई नहीं अंत पा सकिया अज तक ना ही कोई पा सकेगा कोई अंत नहीं पा सकता उस परमात्मा दे पसारे दा। आप कराए साखती। महाराज सच्चे पातशाह जी फरमाउंदे ने कि ये उहदे पसारे दी एक लीला है कि आप ही तो वह सख्ती करा दिंदा है आप ही साखती कराउंदा है आप ही महा अकाल पुरख वाहिगुरु इहो जिहा प्रबंध रच दिंदा है कईआं जीवां दे उपर आप सख्ती करदा है। फिर आप कराए मार। ते आपां वेखदे हां कईआं दी औगणा करके उहनां नूं मार पैंदी है प्रतख तौर ते भी उहनां नूं मार पै जांदी है। इक ना गली जंजीरियां। कल्ली मार ही नहीं पैंदी कईआं दे संगलियां पा के हथकड़ियां बेड़ियां ला के जंजीरां पा के बन लिया जाता कैदी बना लिया जाता है। सो कईआं दे उपर उस परमात्मा का वरतारा इहो जिहा कि उन्हां दी औगणा करके उन्हां दे गलां विच जंजीर पए होण संगल पए होए हन। एक तुरी चढ़ै बिसियार। ते एक भाई जिहड़े उस अकाल पुरख की कृपा दा सदका बहुत सारे ऐसे ने एक तुरी चढ़ै बिसियार तुरी नाम है घोड़ी का बिसियार नाम है वड्डी दा कईआं कोल ऐसे बेसमार साधन ने कि उह चंगियां तो चंगियां घोड़ियां दियां सवारियां करदे हन। आप कराए करे आप। सिपाही कहिंदे उह आप ही अकाल पुरख वाहिगुरू करा रिहा है ते आप ही भुगत रिहा है महाराज सच्चे पातशाह आप कराए करे आप ही वेख रिहा है। हौ कै
ਐਸਿਓ ਕਰੀ ਪੁਕਾਰ। ਦੱਸੋ ਭਾਈ ਕਿਹਦੇ ਕੋਲ ਜਾ ਕੇ ਇਹਦੀ ਫਰਿਆਦ ਕਰੀਏ, ਪੁਕਾਰ ਕਿਹਦੇ ਕੋਲ ਕਰੀਏ ਕਿ ਇਹਨੂੰ ਜੰਜੀਰੀਆਂ ਕਿਉਂ ਮਾਰੀਆਂ, ਇਹਦੇ 'ਤੇ ਕੁੱਟ ਕਿਉਂ ਪਈ, ਮਾਰ ਕਿਉਂ ਪਈ। ਪਹਿਲਾਂ ਵੀ ਆਪ ਜੀ ਨੇ ਇਹਦੇ ਨਾਲ ਰਲਦਾ ਹੀ ਇੱਕ ਸਲੋਕ ਸੁਣਿਆ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਕਿਹਦੇ ਕੋਲ ਫਰਿਆਦ ਕਰਾਂਗੇ, ਕਿਉਂਕਿ ਵਰਤਾਰਾ ਹੀ ਉਹਦਾ ਹੈ, ਉਹ ਅਕਾਲ ਪੁਰਖ ਦੀ ਰਜਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ, ਇਸ ਵਾਸਤੇ ਇਹਦੀ ਫਰਿਆਦ ਹੋਰ ਕਿੱਥੇ ਕਰਾਂਗੇ ਜਾ ਕੇ। ਨਾਨਕ ਕਰਨਾ ਜਿਨ ਕੀਆ। ਇੱਕ ਫਿਰ ਫਰਿਆਦ ਕਰਨ ਦਾ ਤਰੀਕਾ ਦੱਸਦੇ ਨੇ ਮਹਾਰਾਜ, ਢੰਗ ਦੱਸਦੇ ਨੇ ਕਿ ਭਾਈ ਜੇ ਫਰਿਆਦ ਕਰਨੀ ਹੈ ਨਾ ਤਾਂ ਫਿਰ ਤੱਕ ਕੇ ਦੇਖੋ ਕਿ ਜਿਹੜਾ ਪਸਾਰਾ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਹੈ, ਜਿਹਦਾ ਇਹ ਪਸਾਰਾ ਹੈ, ਜਿਹੜਾ ਆਪ ਮਾਲਕ ਹੈ, ਕਿਉਂਕਿ ਫਰਿਆਦ ਉਹਦੇ ਕੋਲ ਕਰੀਦੀ ਆ। ਜਿਹੜਾ ਕੋਈ ਧੱਕਾ ਕਰ ਰਿਹਾ ਹੋਵੇ ਨਾ ਤਾਂ ਉਸ ਧੱਕਾ ਕਰਨ ਵਾਲੇ ਨੂੰ ਜਿਸ ਦਾ ਡਰ ਹੋਵੇ, ਕਿਸੇ ਕਾਨੂੰਨ ਦਾ ਡਰ ਹੋਵੇ, ਕਿਸੇ ਰਾਜੇ ਦਾ ਡਰ ਹੋਵੇ, ਕਿਸੇ ਤਾਕਤ ਵਾਲੇ ਵੱਡੇ ਮਨੁੱਖ ਦਾ ਡਰ ਹੋਵੇ, ਬੰਦਾ ਉੱਥੇ ਜਾ ਕੇ ਸ਼ਰਨ ਲੈਂਦਾ ਨਾ ਅਤੇ ਉੱਥੇ ਜਾ ਕੇ ਫਰਿਆਦੀ ਹੁੰਦਾ ਹੈ ਕਿ ਮੇਰੇ ਨਾਲ ਧੱਕਾ ਹੋ ਰਿਹਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਦੱਸੋ ਜਿਹੜਾ ਜੀਵਨ ਨਾਲ ਇਹ ਕੁਝ ਵਾਪਰ ਰਿਹਾ ਇਹਦੀ ਫਰਿਆਦ ਕਿੱਥੇ ਕਰਨੀ ਚਾਹੀਦੀ ਹੈ। ਜੇ ਆਪਣੇ ਨਾਲ ਖੁਦ ਵੀ ਇਹ ਕੁਝ ਵਾਪਰ ਰਿਹਾ ਹੈ ਤਾਂ ਆਪਾਂ ਸਮਝਦੇ ਸਾਡੇ ਨਾਲ ਬੇਇਨਸਾਫੀ ਹੋ ਗਈ, ਸਾਡੇ ਨਾਲ ਧੱਕਾ ਹੋ ਗਿਆ, ਇੱਥੋਂ ਤੱਕ ਕਿ ਅਸੀਂ ਰੱਬ ਨੂੰ ਵੀ ਗੁਨਾਹਗਾਰ ਬਣਾ ਦਿੰਦੇ ਹਾਂ ਕਿ ਰੱਬਾ ਇਹ ਤੂੰ ਹੀ ਸਾਡੇ ਨਾਲ ਧੱਕਾ ਕੀਤਾ। ਨਹੀਂ ਭਾਈ, ਇਹ ਤਾਂ ਆਪਣੇ ਕਰਮਾਂ ਦੀ ਮਾਰ ਹੈ, ਆਪਾਂ ਨਹੀਂ ਜਾਣਦੇ ਇਸ ਚੀਜ਼ ਨੂੰ, ਸਮਝ ਨਹੀਂ ਸਕਦੇ, ਕਿਉਂਕਿ ਕਿੰਨੇ ਕੁ ਔਗਣ ਨੇ ਸਾਨੂੰ ਕੋਈ ਪਤਾ, ਬੇਅੰਤੀ ਔਗਣ ਨੇ। ਨਾਨਕ ਔਗਣ ਜਿੱਤਰੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਉਹਨੇ ਗੁਣ ਵੀ ਹੋਣ ਨਾ ਫਿਰ ਇਹ ਜੰਜੀਰਾਂ ਕੱਟਣ ਵਾਸਤੇ, ਉਹਨੇ ਗੁਣ ਵੀ ਚਾਹੀਦੇ ਨੇ, ਪਰ ਸਾਨੂੰ ਤਾਂ ਪਤਾ ਵੀ ਨਹੀਂ ਕਿ ਕਿਹੜੇ ਜਨਮ ਦੇ ਵਿੱਚ ਕਿਹੜੇ ਕਿਹੜੇ ਅਸੀਂ ਔਗਣ ਕਰ ਬੈਠੇ ਹਾਂ। ਪਰ ਕੋਈ ਔਗਣ ਮੇਟਣ ਵਾਲਾ ਹੈ, ਕੋਈ ਪਾਪ ਖਤਮ ਕਰਨ ਵਾਲਾ ਹੈ, ਸਤਿਗੁਰੂ ਪਾਤਸ਼ਾਹ ਜੀ ਤਰੀਕਾ ਦੱਸਦੇ ਨੇ ਗੁਰਸਿੱਖਾਂ, ਤੂੰ ਫਿਕਰ ਕਿਉਂ ਕਰਦਾ। ਜਦੋਂ ਤੂੰ ਇਹ ਇੱਕ ਨਿਮਾਣਾ ਸਿੱਖ ਬਣ ਕੇ ਅਰਦਾਸ ਕਰੇਗਾ ਨਾ, ਹਮਰੇ ਕਰਮ ਨਾ ਵਿਚਰੋ ਠਾਕਰ, ਤੂੰ ਪੈਜ ਰੱਖੋ ਆਪਣੀ ਦੇ। ਮਹਾਰਾਜ ਤੁਸੀਂ ਆਪਣੀ ਪੈਜ ਰੱਖੋ, ਜੇ ਸਾਡੇ ਕਰਮਾਂ 'ਤੇ ਵਿਚਾਰ ਕਰੋਗੇ ਕਿ ਤੂੰ ਔਗਣ ਵਾਲਾ ਹੈ, ਤੈਨੂੰ ਤਾਂ ਇਹ ਸਜ਼ਾ ਦਿੱਤੀ ਗਈ ਹੈ, ਸਾਡੇ 'ਤੇ ਔਗਣ ਹੀ ਬੜੇ ਨੇ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਬੇਅੰਤੀ ਔਗਣ ਨੇ। ਸੋ ਇਸ ਵਾਸਤੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਦਾ ਢੰਗ ਦੱਸਦੇ ਨੇ ਮਹਾਰਾਜ, ਕਿ ਐਵੇਂ ਨਾ ਟੂਣੇ ਟਮਾਣਿਆਂ ਮਗਰ ਤੁਰੇ ਫਿਰਿਓ, ਐਵੇਂ ਨਾ ਜਿਹੜੇ ਭਗਤੀ ਤੋਂ ਹੀਣੇ ਨੇ ਉਹਨਾਂ ਮਗਰ ਹੀ। ਅੱਜ ਕੱਲ੍ਹ ਬੜੀਆਂ ਦੁਕਾਨਾਂ ਨੇ ਭਾਈ ਕਿ ਮੈਂ ਹੀ ਇਲਾਜ ਕਰ ਦਿੰਦਾ, ਧੰਨ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਣ 'ਤੇ ਲੋੜ ਹੀ ਨਹੀਂ, ਤੂੰ ਮੈਨੂੰ ਮੱਥਾ ਟੇਕ ਦੇਈ, ਮੇਰੀ ਸੇਵਾ ਕਰ ਦੇਈ, ਚੜਾਵਾ ਚੜਾ ਦੇਈ, ਅਤੇ ਮੈਂ ਹੀ ਕੰਮ ਕਰ ਦਿਆਂਗਾ। ਮਹਾਰਾਜ ਕਹਿੰਦੇ ਇਹ ਪਖੰਡ ਹੈ ਭਾਈ। ਇੱਥੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਕੌਣ ਕਰ ਸਕਦਾ, ਕਹਿੰਦੇ ਜਿਸ ਦਾ ਇਹ ਪਸਾਰਾ ਪੈਦਾ ਕੀਤਾ ਹੋਇਆ, ਜਿਹੜਾ ਆਪ ਸਾਰੇ ਕਾਰਨਾਂ ਦਾ ਕਰਤਾ ਰੂਪ ਬਣਿਆ ਹੋਇਆ ਹੈ, ਉਸਦੇ ਅੱਗੇ ਹੀ ਫਰਿਆਦ ਕਰਨੀ ਬਣਦੀ ਹੈ। ਫਿਰ ਤਿਸ ਹੀ ਕਰਨੀ ਸਾਰ, ਕਹਿੰਦੇ ਭਾਈ ਫਿਰ ਉਹੀ ਸੰਭਾਲ ਕਰ ਸਕਦਾ, ਹੋਰ ਤਾਂ ਕੋਈ ਸੰਭਾਲ ਕਰ ਨਹੀਂ ਸਕਦਾ। ਅਕਾਲ ਪੁਰਖ ਦੇ ਵਰਤਾਰੇ ਵਿੱਚ ਹੋਰ ਕੋਈ ਦਖਲ ਹੀ ਨਹੀਂ ਦੇ ਸਕਦਾ, ਕਿਸੇ ਦੀ ਸ਼ਕਤੀ ਹੋਈ ਨਹੀਂ। ਹੁਣੇ ਆਪਾਂ ਰਾਗੀ ਜੱਥੇ ਦੇ ਪਾਸੋਂ ਕੀਰਤਨ ਸਰਵਣ ਕਰ ਰਹੇ ਸਾਂ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕੈ ਕੋਏ। ਕਿਉਂ ਭਾਈ, ਫਿਰ ਡਰ ਕਾਹਦਾ, ਕੌਣ ਡਰੈ, ਡਰ ਕਿਸ ਕਾ ਹੋਏ। ਕਹਿੰਦੇ ਭਾਈ ਫਿਰ ਡਰ ਕਿਹਦਾ, ਕਿਉਂਕਿ ਸਭ ਤੋਂ ਵੱਡਾ ਤਾਂ ਉਹੀ ਹੈ, ਅਤੇ ਜਿਹੜੀਆਂ ਅਸੀਂ ਛੋਟੀਆਂ ਛੋਟੀਆਂ ਸ਼ਕਤੀਆਂ ਦੇ ਮਗਰ ਦੌੜਦੇ ਹਾਂ ਨਾ। ਭਗਤ ਕਬੀਰ ਜੀ ਬਾਣੀ ਵਿੱਚ ਹੋਰ ਬੜਾ ਸੁੰਦਰ ਸਾਨੂੰ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਤੁਰਕੀ ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਭਗਤ ਕਬੀਰ ਜੀ ਦੀ ਬਾਣੀ,
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ, ਜਿਹਦਾ ਸਿਰਲੇਖ ਵੀ ਡਬਲ ਹੈ, ਗੌੜੀ ਭੀ ਸੋਰਠ ਭੀ। ਅਤੇ ਉੱਥੇ ਭਗਤ ਜੀ ਫਰਮਾਉਂਦੇ ਨੇ, ਕਹਿੰਦੇ ਵੀ ਤੈਨੂੰ ਇੰਨੀਆਂ ਅਨੰਤ ਸ਼ਕਤੀਆਂ ਦਾ ਖਜ਼ਾਨਾ ਉਹਦੇ ਤੈਨੂੰ ਲੜ ਲਾ ਦਿੱਤਾ ਕਿ ਜੋ ਵੀ ਕੁਝ ਚਾਹੁੰਦਾ ਤੈਨੂੰ ਇੱਥੋਂ ਪ੍ਰਾਪਤ ਹੋ ਸਕਦਾ, ਜੋ ਮੰਗਾ ਠਾਕਰੇ ਆਪਣੇ 'ਤੇ ਸੋਈ ਸੋਈ ਦੇਵਾ, ਇਹ ਤੈਨੂੰ ਸਮਝਾ ਦਿੱਤਾ। ਤੈਨੂੰ ਇਹ ਵੀ ਦੱਸ ਦਿੱਤਾ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ਼ਕਤੀਸ਼ਾਲੀ ਆ, ਇਹਦੇ ਬਰਾਬਰ ਹੋਰ ਕੋਈ ਚੀਜ਼ ਨਹੀਂ। ਜਦੋਂ ਆਪਾਂ ਇਹ ਸ਼ਕਤੀ ਦਾ ਅੰਦਾਜ਼ਾ ਲਾਉਣੇ ਨਾ, ਤਾਂ ਫਿਰ ਅੰਦਾਜ਼ਾ ਲਾ ਕੇ ਦੇਖੋ, ਚੌਕੀ ਚੌਗਰ ਦਹਮਾਰੇ ਮਹਾਰਾਜ ਕਿ ਫਿਰ ਰਾਮ ਨਾਮ ਲਾ ਮਨ ਲਾਗਾ ਜਮ ਲਜਾਏ ਕਰ ਪੱਕ। ਕਹਿੰਦੇ ਜਦੋਂ ਪਰਮਾਤਮਾ ਦੇ ਚਰਨਾਂ ਨਾਲ ਨਾਮ ਜੁੜਿਆ ਨਾ, ਤਾਂ ਸਭ ਤੋਂ ਸ਼ਕਤੀਮਾਨ ਜਮ ਹੈ ਜਿਹੜਾ ਹਰ ਇੱਕ ਵਿਅਕਤੀ ਨੂੰ ਮਾਰ ਸਕਦਾ, ਹਰ ਇੱਕ ਨੂੰ ਮੌਤ ਆਉਂਦੀ ਆ। ਅਤੇ ਕਹਿੰਦੇ ਉਹ ਵੀ ਲਜਾਏ ਕਰ ਭੱਗ ਹੈ, ਸ਼ਰਮ ਦਾ ਮਾਰਾ ਉਹ ਵੀ ਦੌੜ ਜਾਂਦਾ ਵੀ ਇੱਥੇ ਤਾਂ ਪਰਮਾਤਮਾ ਦੇ ਨਾਮ ਦਾ ਹੀ ਸਿਮਰਨ ਹੈ, ਉਹਦੇ ਵਿੱਚ ਹੀ ਭੇਦ ਹੋਏ ਬੈਠੇ ਨੇ। ਸੋ ਭਗਤ ਕਬੀਰ ਜੀ ਫਰਮਾਉਂਦੇ ਨੇ, ਤੂੰ ਇਹ ਸਭ ਕੁਝ ਭੁੱਲ ਗਿਆ, ਤੂੰ ਆਪਣਾ ਆਪ ਹੀ ਭੁੱਲ ਗਿਆ, ਪਰ ਜਿਹੜੀ ਸਭ ਤੋਂ ਵੱਡੀ ਸ਼ਕਤੀ ਸੀ ਤੂੰ ਉਹਦੇ ਨਾਲੋਂ ਟੁੱਟ ਗਿਆ। ਪਰ ਜਿੱਥੇ ਜਾਏਗਾ ਨਾ ਛੋਟੀਆਂ ਸ਼ਕਤੀਆਂ ਕੋਲ, ਲੈ ਮੈਂ ਤੈਨੂੰ ਤਵੀਤ ਕਰਕੇ ਦਿੰਦਾ, ਇਹ ਤਵੀਤ ਬੰਨ ਲਈ ਆਪਣੇ ਡੌਲੇ ਨਾਲ, ਗਲ ਨਾਲ, ਜਾਂ ਆਪਣੇ ਦਰਵਾਜ਼ੇ ਨਾਲ ਬੰਨ ਲਈ, ਇਹ ਤਾਦ ਕਈ ਤਰ੍ਹਾਂ ਦੇ ਪਖੰਡ ਨੇ। ਅਤੇ ਫਿਰ ਕਹੇ ਜੇ ਪੁੱਛ ਲਓ ਵੀ ਇਹ ਤਵੀਤ ਮੇਰਾ ਕੀ ਕਰੂਗਾ, ਕਹਿੰਦੇ ਇਹਦੇ ਵਿੱਚ ਦੱਸੀ ਨਾ ਕਿਸੇ ਨੂੰ, ਅਸੀਂ ਪਰਮਾਤਮਾ ਦਾ ਨਾਮ ਲਿਖਿਆ ਹੋਇਆ। ਅਤੇ ਭਗਤ ਕਬੀਰ ਜੀ ਕਹਿੰਦੇ ਉਹਨੇ ਛੋਟਾ ਜਿਹਾ ਇੱਕ ਤਵੀਤ ਦੇ ਵਿੱਚ ਪਤਾ ਨਹੀਂ ਕੀ ਬਲੇਟ ਕੇ ਲਿਖਿਆ ਵੀ ਹੈ ਕਿ ਨਹੀਂ ਲਿਖਿਆ, ਜੇ ਤੈਨੂੰ ਤਾਂ ਪਰਮਾਤਮਾ ਦਾ ਨਾਮ ਜਪਣ ਵਾਸਤੇ ਸੰਸਾਰ ਵਿੱਚ ਭੇਜਿਆ, ਅਤੇ ਇੱਕ ਤਵੀਤ ਜਿਹੜਾ ਤੂੰ ਤਵੀਤ ਨੂੰ ਜਪੇਗਾ ਕਿ ਨਾਮ ਜਪੇਗਾ। ਫਿਰ ਕਰੜੇ ਬਚਨ ਕਹੇ ਭਗਤ ਜੀ ਨੇ, ਹੁਣ ਮਨੁੱਖ ਨੂੰ ਕਹਿ ਦੇਵੇ ਅਤੇ ਝਗੜਾ ਹੋ ਜਾਵੇ, ਲੜਾਈ ਹੋ ਜਾਵੇ, ਤੂੰ ਹੁੰਨਾ ਕੌਣ ਆ ਮੈਨੂੰ ਇਹ ਗੱਲ ਕਹਿਣ ਵਾਲਾ। ਪਰ ਉਹ ਤਾਂ ਰੱਬ ਦੇ ਭਗਤ ਸੀ ਨਾ, ਰੱਬ ਨਾਲ ਇੱਕ ਮਿੱਕ ਸੀ ਨਾ। ਉਹ ਫਰਮਾਉਂਦੇ ਨੇ, ਰੇ ਜੀ ਨਲੱਜ ਲਾਜ ਤੋਹੇ ਨਾਹੀ। ਕਹਿੰਦੇ ਬੈ ਸ਼ਰਮ ਬੇਸ਼ਰਮ ਜੀਵ, ਤੂੰ ਬਿਲਕੁਲ ਹੀ ਸ਼ਰਮ ਲਾ ਦਿੱਤੀ, ਹੁਣ ਇਦੋਂ ਸਖਤੀ ਨਾਲ ਕਿਵੇਂ ਸਮਝਾਵੇ ਕੋਈ ਭਾਈ। ਭਗਤ ਕਬੀਰ ਜੀ ਨੇ ਜੋ ਬਚਨ ਕਹੇ, ਰੇ ਜੀ ਨਲੱਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ, ਜਾ ਕੋ ਠਾਕਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਈ। ਸੋ ਠਾਕਰ ਸੋ ਜਨ ਪਰ ਕਰ ਜਾਤ ਨਾ ਜੋ ਸੋਹੀ, ਕਬਲਾ ਚਰਨ ਸ਼ਰਨ ਹੈ ਤਾਂ ਕੇ, ਕਹੋ ਜਨ ਕਾ ਨਾਹੀ ਕਰ ਤਾ ਕੇ, ਸਭ ਕੋ ਕਹੈ ਜਾਸ ਕੀ ਬਾਤਾਂ, ਸੋ ਸਮਰੱਥ ਨਿਜ ਪਤ ਹੈ ਦਾਤਾ। ਜਿੱਥੇ ਜਾਏਂਗੇ ਨਾ ਸਾਰੇ ਗੱਲ ਉਹਦੀ ਵੀ ਕਰਨਗੇ, ਸਭ ਕੋ ਕਹੈ ਜਾਸ ਕੀ ਬਾਤਾਂ, ਸਾਰੇ ਹੀ ਕਹਿਣਗੇ ਉਹਦੀਆਂ ਗੱਲਾਂ, ਉਹਦੀ ਮਹਿਮਾ, ਉਹਦੀ ਵਡਿਆਈ, ਕਿਉਂਕਿ ਸੋ ਸਮਰੱਥ ਨਿਜ ਪਤ ਹੈ ਦਾਤਾ, ਉਹ ਦਾਤਾ ਸਮਰੱਥ ਹੈ ਸਾਰੇ ਕਾਰਨਾਂ ਨੂੰ ਕਰਨ ਵਾਲਾ। ਸੋ ਇਸ ਵਾਸਤੇ ਭਾਈ ਉਸ ਪਰਮਾਤਮਾ ਦੇ ਸਨਮੁਖ ਅਰਦਾਸ ਬੇਨਤੀ ਜੋਦੜੀ ਕਰਨੀ ਹੈ, ਉਹੀ ਫਿਰ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਰ ਸੰਭਾਲ ਕਰ ਸਕਦਾ ਹੈ। ਸੋ ਇਸੇ ਪੌੜੀ ਨੂੰ ਦੁਬਾਰਾ ਮੁੜ ਤੋਂ ਸਤਿਗੁਰੂ ਪਾਤਸ਼ਾਹ ਜੀ ਹੁਣ ਅੰਤਰੀਵ ਦੱਸਦੇ ਨੇ ਕਿ ਪਰਮਾਤਮਾ ਦਾ ਪਸਾਰਾ ਹੈ ਕਿ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਹਨੇ ਇਹ ਕੌਤਕ ਵਰਤਾਏ ਨੇ ਨਾ, ਉਹੀ ਇਹਦੀ ਸਾਰ ਸੰਭਾਲ ਕਰ ਸਕਦਾ ਹੈ, ਉਹ ਇਹਦੀ ਰੱਖਿਆ ਕਰ ਸਕਦਾ ਹੈ। ਮੁੜ ਤੋਂ ਫਿਰ ਪੜੋ ਪੌੜੀ, ਨਾਨਕ ਅੰਤ ਨਾ ਜਾਪਣੀ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਪਹਿਲਾਂ ਸੀ ਪਸਾਰੇ ਦੀ ਗੱਲ, ਹੁਣ ਸਤਿਗੁਰੂ ਪਾਤਸ਼ਾਹ ਜੀ ਪਰਮਾਤਮਾ ਦੀ ਗੱਲ ਕਰ ਰਹੇ ਨੇ ਕਿ ਭਾਈ ਉਸ ਪਰਮਾਤਮਾ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਜਿਵੇਂ ਮਛਲੀ ਸਮੁੰਦਰ ਦੇ ਵਿੱਚ ਤਾਰੀਆਂ ਲਾ ਸਕਦੀ ਹੈ, ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਪੰਛੀ ਆਕਾਸ਼ ਦੇ ਵਿੱਚ ਅਟਾਰੀਆਂ ਲਾ ਸਕਦਾ ਹੈ, ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਮਨੁੱਖ ਜੀਵ ਭਾਉ ਭਗਤੀ ਕਰਕੇ ਪਰਮਾਤਮਾ ਦੀਆਂ ਅਨੰਤ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ, ਪਰ ਉਹਦਾ ਅੰਤ ਨਹੀਂ ਪਾ ਸਕਦਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦਾ ਅੰਤ ਨਹੀਂ ਪੈ ਸਕਦਾ, ਹਰ ਤਾਕੇ ਪਾਰਾਵਾਰ, ਉਹਦੇ ਬੇਅੰਤੀ ਕੌਤਕ ਹਨ ਇਸ ਲੋਕ ਦੇ ਵੀ ਪ੍ਰਲੋਕ ਦੇ ਵੀ। ਆਪ ਕਰਾਏ ਸਾਖਤੀ, ਕਹਿੰਦੇ ਭਾਈ ਆਪ ਹੀ ਤਾਂ ਫਿਰ ਸਾਖਤੀ ਉਦਮ ਕਰਵਾ ਦਿੰਦਾ, ਸਾਖਤੀ ਸਖਤੀ ਕਰਕੇ ਕਿ ਤੂੰ ਭਾਈ ਅੰਮ੍ਰਿਤ ਵੇਲੇ ਉੱਠਿਆ ਕਰ। ਕਹਿੰਦੇ ਔਖਾ ਕੰਮ ਹੈ, ਅਤੇ ਤੂੰ ਭਾਈ ਅੰਮ੍ਰਿਤ ਛਕਲਾ ਨਹੀਂ, ਕਹਿੰਦੇ ਮੁਸ਼ਕਲ ਹੈ। ਤੂੰ ਭਾਈ ਸੁਖਨੀ ਸਾਹਿਬ ਵੀ ਪੜਿਆ ਕਰਨੀ, ਇੰਨਾ ਟਾਈਮ ਹੀ ਕਿੱਥੇ ਆ। ਪਰ ਮਹਾਰਾਜ ਕਹਿੰਦੇ ਭਾਈ ਇਹ ਇੰਤਜ਼ਾਮ ਵੀ ਸਾਰਾ ਆਪੇ ਹੀ ਕਰਵਾ ਦਿੰਦਾ ਹੈ। ਫਿਰ ਆਪ ਕਰਾਏ ਮਾਰ, ਫਿਰ ਜਿਹੜਾ ਮਨੁੱਖ ਦਾ ਜੀਵ ਹੈ, ਮਨ ਹੈ ਨਾ, ਉਹ ਨਾਨਾ ਤਰ੍ਹਾਂ ਦੀਆਂ ਉਡਾਰੀਆਂ ਮਾਰਦਾ ਹੈ, ਅਤੇ ਐਸੀ ਕਿਰਪਾ ਕਰਦਾ ਅਕਾਲ ਪੁਰਖ ਵਾਹਿਗੁਰੂ, ਉਸ ਨੂੰ ਜੀਵਿਤ ਭਾਵ ਤੋਂ ਮਾਰ ਦਿੰਦਾ ਹੈ। ਭਾਵ ਉਹਦੀਆਂ ਮਨ ਦੀਆਂ ਤ੍ਰਿਸ਼ਨਾ ਖਤਮ ਹੋ ਜਾਂਦੀਆਂ, ਮਰ ਜਾਂਦੀਆਂ ਹਨ। ਇੱਕ ਨਾ ਗਲੀ ਜੰਜੀਰੀਆਂ, ਸੋ ਇੱਕ ਨਾ ਦੇ ਜਿਨ੍ਹਾਂ ਦੇ ਮਨ ਦੀਆਂ ਵਾਸ਼ਨਾ ਕਰਕੇ, ਬਹੁਤ ਸਾਰੀਆਂ ਵਾਸ਼ਨਾ ਦੀਆਂ, ਆਸਾਂ ਦੀਆਂ, ਤ੍ਰਿਸ਼ਨਾ ਦੀਆਂ ਜੰਜੀਰਾਂ ਪਈਆਂ ਹੋਈਆਂ ਹਨ। ਇੱਕ ਤੋਰੀ ਚੜ੍ਹੈ ਵਿਸਿਆਰ, ਉਹਨਾਂ ਦੀਆਂ ਵਾਸ਼ਨਾ ਵੀ ਖਤਮ ਕਰਕੇ ਜਦੋਂ ਪਰਮਾਤਮਾ ਦੀ ਭਾਉ ਭਗਤੀ ਵਿੱਚ ਲੱਗਿਆ, ਏਡਾ ਬੇਸ਼ੁਮਾਰ ਅਕਾਲ ਪੁਰਖ ਵਾਹਿਗੁਰੂ ਦਾ ਸੋ ਵੱਡਾ ਖਜ਼ਾਨਾ ਹੈ, ਵੱਡੇ ਕਈਆਂ ਵਡਿਆਈਆਂ, ਕੁਛ ਕਹਿਣਾ ਕਹਿ ਨਾ ਜਾਏ। ਆਪ ਕਰਾਏ ਮਾਰ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਤੁਰੀ ਚੜ੍ਹਾ ਵਿਸਿਆਰ, ਉਹ ਇੱਕ ਭਾਈ ਇਕਨਾਂ ਦੇ ਗਲਾਂ ਵਿੱਚ ਤਾਂ ਜਿਹੜੀਆਂ ਆਸਾਂ ਤ੍ਰਿਸ਼ਨਾ ਦੀਆਂ ਪਈਆਂ ਹੋਈਆਂ ਸਨ ਜਜ਼ੀਰਾਂ, ਉਹਨਾਂ ਨੂੰ ਕੱਟ ਦਿੱਤਾ ਮਹਾਰਾਜ ਨੇ, ਖਤਮ ਕਰ ਦਿੱਤਾ, ਮੇਟ ਦਿੱਤੀਆਂ। ਫਿਰ ਕੀ ਹੋਇਆ ਭਾਈ? ਇੱਕ ਤੁਰੀ ਚੜ੍ਹਾ ਵਿਸਿਆਰ, ਫਿਰ ਜਿਹੜੇ ਆਸਾ ਤ੍ਰਿਸ਼ਨਾ ਨੂੰ ਖਤਮ ਕਰਨ ਦੇ ਵਿੱਚ ਲੱਗੇ ਰਹੇ, ਪਰਮਾਤਮਾ ਦਾ ਨਿਤਾ ਪਰਤੀ ਨੇਮ ਦੇ ਨਾਲ ਸਿਮਰਨ ਭਜਨ ਸੇਵਾ ਕਰਦੇ ਰਹੇ, ਸੋ ਐਸੀ ਫਿਰ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਭਾਉ ਭਗਤੀ ਤੋਂ ਪ੍ਰਸੰਨ ਹੋਏ। ਇੱਕ ਤੁਰੀ ਚੜ੍ਹਾ ਵਿਸਿਆਰ, ਉਹਨਾਂ ਨੂੰ ਫਿਰ ਤੁਰੀਆ ਪਦ ਬਖਸ਼ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਤੁਰੀਆ ਪਦ ਜਾਗਤ, ਸੋਵਤ ਅਤੇ ਸੁਪਨ ਅਵਸਥਾ ਦੇ ਵਿੱਚ ਇੱਕ ਰਸ ਪਰਮਾਤਮਾ ਦਾ ਆਨੰਦ ਮਾਣ ਲੈਣਾ, ਇਹਨੂੰ ਤੁਰੀਆ ਪਦ ਕਹਿੰਦੇ ਆ। ਸੋ ਤੁਰੀਆ ਪਦ ਦਾ ਵੀ ਵੱਡਾ ਆਨੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ ਦਿੱਤਾ ਹੈ। ਆਪ ਕਰਾਏ ਕਰੇ ਆਪ, ਕਹਿੰਦੇ ਭਾਈ ਜਦੋਂ ਪਰਮਾਤਮਾ ਦੀ ਉਸ ਭਾਉ ਭਗਤੀ ਵਿੱਚ ਲੱਗਾ ਨਾ, ਫਿਰ ਮਤਾਂ ਕੋਈ ਸਮਝੇ ਕਿ ਮੈਥੋਂ ਨਹੀਂ ਹੋ ਸਕਣਾ, ਮੈਂ ਹੁਣ ਤੱਕ ਤਾਂ ਸ਼ਰਾਬ ਪੀਂਦਾ ਰਿਹਾ, ਮੈਂ ਤਾਂ ਭੈੜੇ ਕਰਮ ਕਰਦਾ ਰਿਹਾ, ਕੁਸੰਗਤ ਕਰਦਾ ਰਿਹਾ, ਮੇਰੇ ਕੋਲ ਹੁਣ ਕੀ ਹੋ ਸਕਣਾ? ਨਹੀਂ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬੜਾ ਬੇਅੰਤ ਦਿਆਲੂ ਕਿਰਪਾਲੂ ਸਤਿਗੁਰੂ ਹੈ, ਉਹ ਆਪ ਹੀ ਸਭ ਕੁਝ ਕਰਵਾ ਕੇ, ਸੋ ਜੋ ਕੁਕਰਮ ਹਨ ਜੀਵ ਦੇ ਉਹ ਮੇਟ ਕੇ ਉਹਨਾਂ ਨੂੰ ਸੁਭ ਗੁਣਾਂ ਦੀ ਦਾਤ ਬਖਸ਼ ਸਕਦਾ ਹੈ, ਉਹਨਾਂ ਵਿੱਚ ਸਤ ਸੰਤੋਖ ਦਇਆ ਧੀਰਜ ਖੇਮਾ ਵਿਚਾਰ ਦੇ ਸੁਭ ਗੁਣ